लो जी जी वीडियो ना अपने परिवार से बैठ के ना देखियो असी कुछ ना इतना सूँ नवा दिखा चाहते जो बंद लाइफ इंजॉयमेंट करना चाहते हैं वो देखो जो देखनी तो कल बैठ के देख लो फोन से देख लो कन्ना चूटियां लगे देख लो पर वीडियो परिवार से बैठ के ना देखियो तो यह हैगी यौगपाल यादपाल जी आह कुड़ियाँ डांस कर निम्मा पूरा चिल करो ठीक है ਯਾਟ ਪਾਰਟੀ ਦੇ ਵਿੱਚ ਅਤੇ ਇੱਕ ਨਵੀਂ ਚੀਜ਼ ਤੁਹਾਨੂੰ ਦਿਖਾਉਣ ਲੱਗਿਆ ਤਾਂ ਵੀਡੀਓ ਤੁਸੀਂ ਦੇਖਿਓ ਜੇ ਇੱਥੇ ਥਾਈਲੈਂਡ ਦੇ ਵਿੱਚ ਆਏ ਪਤਾ ਹੀ ਆ ਇਹਦੇ ਵਿੱਚ ਆਏ ਹਾਂ ਕਿ ਯਾਟ ਪਾਰਟੀ ਹੁੰਦੀ ਆ ਅਸੀਂ ਪਹਿਲੀ ਵਾਰ ਚੱਲੇ ਹਾਂ ਕੋਈ ਸਾਨੂੰ ਪਤਾ ਨਹੀਂ ਪੂਰਾ ਦੱਸਾਂਗੇ ਜੇ ਤੁਸੀਂ ਇੱਥੇ ਆਉਣ ਉਹ ਪਹਿਲਾਂ ਬੁੱਕ ਕਰਾਉਣੀ ਪੈਣੀ ਜੇ ਤੁਸੀਂ ਆਉਂਦੇ ਨਾ ਇੱਥੇ ਜਿੱਦਾਂ ਹੁਣ ਪਲਾਇਨ ਬਣ ਗਏ ਵੀ ਆਪਾਂ ਨੇ ਥਾਈਲੈਂਡ ਜਾਣਾ ਥਾਈਲੈਂਡ ਜਾਣ ਤੋਂ ਪਹਿਲਾਂ ਬੁੱਕ ਕਰਾਉਣੀ ਪੈਂਦੀ ਉਹ ਅਤੇ ਉਹਦਾ ਮੈਂ ਤੁਹਾਨੂੰ ਨੰਬਰ ਦੂੰਗਾ ਤੁਸੀਂ ਉਹ ਨੰਬਰ ਪਰ ਕਾਲ ਕਰਕੇ ਜਾਂ ਮੈਸੇਜ ਕਰਕੇ ਵਟਸਐਪ ਕਰਕੇ ਪਹਿਲਾਂ ਬੁੱਕ ਕਰਾ ਲਓ ਕਿਉਂਕਿ ਇੱਥੇ ਬੁੱਕ ਪਹਿਲਾਂ ਹੀ ਹੁੰਦਾ ਫਿਰ ਬੰਦੇ ਦਾ ਉਹ ਮਜ਼ਾ ਰਹਿ ਜਾਂਦਾ ਇੰਡੀਆ ਤੋਂ ਆਉਣ ਤੋਂ ਪਹਿਲਾਂ ਹੀ ਆਪਾਂ ਬੁੱਕ ਕਰਾਉਣੀ ਆ ਲਓ ਜੀ ਵੀਰ ਹੁਣ ਦੀ ਦੁਕਾਨ ਆ ਬਿਗ ਡੈਡੀ ਯਾਟ ਟੂਰ ਐਂਡ ਟਰੈਵਲ ਅਤੇ ਤਾਂ ਮੈਂ ਤੁਹਾਨੂੰ ਕਹਿੰਦਾ ਇਹ ਨਾ ਆਉਣ ਤੋਂ ਪਹਿਲਾਂ ਬੁੱਕ ਹੋਣੀ ਹੈ ਸਾਨੂੰ ਵੀ ਬਹੁਤ ਔਖੀ ਮਿਲੀ ਆ ਅਤੇ ਇਸ ਕਰਕੇ ਹੁਣ ਥੋੜ੍ਹਾ ਜਿਹਾ ਨਾ ਪੈਣਾ ਇੰਡੀਆ 'ਚ ਆਪਣੇ ਤਿਉਹਾਰ ਚੱਲਦੇ ਉਹਦੇ ਕਰਕੇ ਇੱਥੇ ਲੋਕ ਘੱਟ ਹੈ ਜਦੋਂ ਦੀਵਾਲੀ ਖਤਮ ਹੋਣੀ ਹੈ ਇੱਥੇ ਫੁੱਲ ਹੋਣਾ ਚਾਰੇ ਪਾਸੇ ਭੀੜ ਇੰਨੀ ਖੋਜਣੀ ਫਿਰ ਇਹ ਯਾਟ ਪਾਰਟੀ ਮਿਸ ਕਰੋ ਤੁਸੀਂ ਆਉਣ ਤੋਂ ਪਹਿਲਾਂ ਬੁੱਕ ਕਰਾਇਓ ਨੰਬਰ ਤੁਹਾਡੀ ਸਕਰੀਨ ਪਰ ਆ ਗਿਆ ਹਾਂ ਇਹਦੇ ਪਰ ਤੁਸੀਂ ਮੈਸੇਜ ਵਟਸਐਪ ਕਾਲ ਕਰਕੇ ਬੁੱਕ ਕਰਾ ਲਿਓ ਓਕੇ 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 ਹਨ ਪੂਰਾ ਹਾਂ ਹਾਂ ਚੱਲ ਭਈ ਤੁਹਾਡੀ ਬੈਨ ਇਹ ਜਿਹੜੀ ਬੈਨ ਹੈ ਨਾ ਸਾਨੂੰ ਥੋੜ੍ਹਾ ਘੁਮਾਊਗੀ ਅਤੇ ਸ਼ਹਿਰ ਦਾ ਗੇੜਾ ਦਵਾ ਕੇ ਫਿਰ ਜਿੱਥੇ ਆਪਣਾ ਸ਼ਿਪ ਹੈ ਯਾਟ ਹੈ ਉੱਥੇ ਲੈ ਕੇ ਜਾਊਗੀ ਫਿਰ ਇਹ ਆਪਾਂ ਇੱਦਾਂ ਯਾਟ ਪਾਰਟੀ ਬੁੱਕ ਕਰ ਲੈਂਦੇ ਫਿਰ ਨਾ ਜਿਹੜੀ ਇਹ ਗੱਡੀ ਹੈ ਇਕੱਲੇ ਇਕੱਲੇ ਇਹ ਗੱਡੀ ਹੈ ਹੋਟਲ ਦੇ ਬੰਦੇ ਇਕੱਲੇ ਇਕੱਲੇ ਫਿਰ ਬੰਦੇ ਨੂੰ ਚੱਕਦੀ ਫਿਰ ਜਿੱਥੇ ਤੁਸੀਂ ਬੁੱਕ ਕਰ ਲੈਣਾ ਤੁਸੀਂ ਹੋਟਲ ਦਾ ਨਾਂ ਦੱਸ ਦੇਣਾ ਉਹ ਤੁਹਾਨੂੰ ਹੋਟਲ 'ਤੇ ਆਪ ਪਿੱਕ ਕਰਕੇ ਫਿਰ ਇੱਧਰ ਸਾਹਮਣੇ ਇੱਧਰ ਯਾਟ ਖੜ੍ਹੇ ਜਿੱਦਾਂ ਛੋਟੇ ਛੋਟੇ ਸ਼ਿਪ ਖੜ੍ਹੇ ਆ ਇਹਨਾਂ 'ਚ ਲੈ ਆਉਂਦੇ ਫਿਰ ਇੱਥੇ ਫਿਰ ਇੱਥੋਂ ਫਿਰ ਪਾਰਟੀ ਫਿਰ ਸਟਾਰਟ ਹੋ ਜਾਂਦੀ ਹੈ ਦੇਖੋ ਮੇਰਾ ਕੰਮ ਹੈ ਨੈੱਟ ਪਰ ਵੀਡੀਓ ਬਣਾ ਕੇ ਪਾਉਣਾ ਠੀਕ ਆ ਕਈ ਬੰਦੇ ਨੇ ਵਿੱਚ ਗਲਤ ਕਮੈਂਟ ਕਰੀ ਜਾਂਦੇ ਇਹ ਮੇਰਾ ਕੰਮ ਹੈ ਯਾਰ ਇੱਥੋਂ ਆਪਾਂ ਨੂੰ ਇਨਕਮ ਜਨਰੇਟ ਹੋਣੀ ਤਾਂ ਆਪਾਂ ਤੁਹਾਨੂੰ ਇੱਦਾਂ ਦੀ ਪਾਰਟੀਆਂ ਜਾਂ ਹੋਰ ਚੀਜ਼ਾਂ ਤੁਹਾਨੂੰ ਸ਼ੇਅਰ ਕਰਦੇ ਹੁੰਦੇ ਆ ਆਹ ਸਾਡੇ ਇੱਥੇ ਓਨਰ ਨੇ ਅਤੇ ਇੱਕ ਸਾਡੇ ਨਾਲ ਗਾਈਡ ਹੈ ਅਤੇ ਅੱਜ ਕੌਮ ਲਓ ਜੀ ਸੰਜੂ ਬਾਈ ਵੀ ਨੇ ਜਿਹਨਾਂ ਦਾ ਇੱਥੇ ਸਾਰਾ ਯਾਟ ਆਪਣੇ ਬੁੱਕ ਕਰਦੇ ਨੇ ਇੱਥੇ ਅਤੇ ਇਹਨਾਂ ਕੋਲ ਇਹਨਾਂ ਨੇ ਸਾਡਾ ਬੁੱਕ ਕੀਤਾ ਅਤੇ ਇਹਨਾਂ ਦੀ ਬ੍ਰੈਂਡਿੰਗ ਹੈ ਟੀ ਸ਼ਰਟ ਪਾਈ ਹੋਈ ਹੈ ਅਤੇ ਬਿਗ ਡੈਡੀ ਇਹਨਾਂ ਪਾਰਟੀ ਸਮੁੰਦਰ ਦੇ ਵਿੱਚ ਲੈ ਜਾਂਦੇ ਆ ਵਿੱਚ ਨਾਲ ਕੁੜੀਆਂ ਹੁੰਦੀਆਂ ਜਿੱਦਾਂ ਬਹੁਤ ਬੰਦੇ ਆਉਂਦੇ ਆ ਐਕਸਪੈਰੀਮੈਂਟ 'ਚ ਕੁਝ ਦਿਖਾਉਣ ਲੱਗਿਆ ਮੈਂ ਪਤਾ ਨਹੀਂ ਕਿੱਦਾਂ ਦਾ ਰਿਐਕਟ ਕਰੂੰਗਾ ਕੁਛ ਕਿ ਹੁਣ ਕਿੱਦਾਂ ਮੈਂ ਸਮਝਾਵਾਂ ਚੀਜ਼ ਮੇਰਾ ਦਿਲ ਵੀ ਕਰਦਾ ਪਾਵਾਂ ਨਾ ਪਾਵਾਂ ਪਰ ਤਾਂ ਹੀ ਪਤਾ ਲੱਗੂਗਾ ਜਿਹੜੇ ਬੰਦੇ ਇੱਥੇ ਥਾਈਲੈਂਡ ਆਏ ਆ ਘੁੰਮਣ ਅਤੇ ਜੇ ਤੁਸੀਂ ਐਂ ਗਰੁੱਪ ਵਿੱਚ ਆਏ ਆ ਗਰੁੱਪ 'ਚ ਵੀ ਕਰ ਸਕਦੇ ਪ੍ਰਾਈਵੇਟ ਵੀ ਬੁੱਕ ਕਰ ਸਕਦੇ ਜੇ ਤੁਸੀਂ ਨੂੰ ਕਰਨਾ ਇਕੱਲਾ ਬੰਦਾ ਵੀ ਜੇ ਤੁਸੀਂ ਦੋ ਬੰਦੇ ਤਾਂ ਵੀ ਬੁੱਕ ਕਰ ਸਕਦੇ ਆ ਫਿਰ ਉਹ ਗਰੁੱਪ ਵਿੱਚ ਭੇਜ ਦਿੰਦੇ ਸਾਰਿਆਂ ਨੂੰ ਤੁਹਾਨੂੰ ਤਾਂ ਮੇਰਾ ਸੰਜੂ ਬਾਈ ਨੇ ਸਪੈਸ਼ਲ ਬੁਲਾਇਆ ਆ ਦੱਸਾਂ ਵੀ ਕਹਿੰਦਾ ਵੀ ਸਾਡੀ ਵੀਡੀਓ ਬਣਾ ਕੇ ਪਾ ਅਤੇ ਸਾਡਾ ਨੰਬਰ ਪਾ ਤਾਂ ਜੋ ਇੱਥੇ ਬੰਦੇ ਜਿਹੜੇ ਆਉਂਦੇ ਆ ਇਹ ਚੀਜ਼ ਦੇਖ ਸਕਣ ਜੀ ਆਹ ਨਾਲ ਸਾਡੇ ਗਰੁੱਪ ਜਾਊਗਾ ਅਤੇ ਪੂਰੀ ਫਿਰ ਪਾਰਟੀ ਚੱਲਦੀ ਹੈ ਅਤੇ ਇੱਥੇ ਹੁਣ ਯਾਟ ਆ ਜਾਊਗਾ ਉਹਦੇ ਵਿੱਚ ਸਾਰੇ ਬੈਠ ਕੇ ਇੱਥੇ ਫਿਰ ਨਿੰਮੇ ਮੈਂ ਗੱਲ ਸੋਚ ਰਿਹਾ ਮੈਂ ਗੱਡੀ 'ਚ ਬੈਠਾ ਜਦੋਂ ਆ ਰਿਹਾ ਤਾ ਗੱਲ ਸੋਚ ਰਿਹਾ ਤਾ ਮੈਂ ਕਿਹਾ ਜੇ ਨਿੰਮੇ ਤੇਰੇ ਨਿਆਣੇ ਹੁੰਦੇ ਪਾਪਾ ਕਿੱਥੇ ਗਿਆ ਹੋਇਆ ਥਾਈਲੈਂਡ ਪਾਪਾ ਥਾਈਲੈਂਡ ਘੁੰਮਣ ਗਿਆ ਹੋਇਆ ਮੈਂ ਬਾਈ ਉਹ ਕੰਮ ਕਰਾਈ ਨਹੀਂ ਵਿਆਹ ਉਹਦੇ ਕਰਕੇ ਨਹੀਂ ਉਹਦੇ ਕਰਕੇ ਨਹੀਂ ਕਰਾਇਆ ਹੈਗਾ ਨਹੀਂ ਵੀ ਮੈਂ ਕਹਿੰਦਾ ਯਾਦ ਜ਼ਿੰਦਗੀ ਯਾਰ ਉਹ ਤਾਂ ਮੈਨੂੰ ਡਰ ਲੱਗਣ ਲੱਗ ਪਿਆ ਵੀਡੀਓ ਮੈਂ ਇਹ ਵੀਡੀਓ ਕਿੱਦਾਂ ਪਾਵਾਂ ਕਿਆ ਕਰਾਂਗੇ ਠੀਕ ਹੈ ਹਾਂ ਇਹਦਾ ਬਾਈ ਇਹ ਪ੍ਰਮੋਟ ਕਰੀ ਆ ਅਸੀਂ ਉਹ ਪ੍ਰਮੋਟ ਕਰੀ ਆ ਜਿਹੜੀ ਚੀਜ਼ ਮੈਂ ਕਦੇ ਵੀਡੀਓ ਬਣਾਉਣ ਲੱਗਿਆ ਇੰਨਾ ਕਦੇ ਡਰਿਆ ਨਹੀਂ ਜਿੰਨਾ ਅੱਜ ਡਰ ਰਿਹਾ ਮੈਂ ਪਤਾ ਨਹੀਂ ਯਾਰ ਵੀ ਇਹ ਕਿਆ ਹੋ ਪਤਾ ਨਹੀਂ ਕਿਤੇ ਭਜਾਲੇ ਨਾ ਪਏ ਕਿਤੇ ਭਜਾਲੇ ਨਾ ਆ ਜਾਵੇ ਤੇਰੇ ਅੰਦਰ ਤੇਰੇ ਪਿੱਛੇ ਪੂੰਛ ਲੱਗੀ ਮੈਨੂੰ ਤਾਂ ਐਂ ਲੱਗਦਾ ਵੀ ਲੱਗੀ ਮੈਨੂੰ ਮੇਰੀ ਗੱਲ ਸੁਣ ਮੈਨੂੰ ਤਾਂ ਐਂ ਲੱਗ ਰਿਹਾ ਵੀ ਆਹ ਲਾਸਟ ਬਾਰ ਹੈ ਹੁਣ ਥਾਈਲੈਂਡ ਇਸ ਤੋਂ ਬਾਅਦ ਕੋਈ ਨਹੀਂ ਬਾਈ ਨਹੀਂ ਜਿਆਦਾ ਕਰਦੇ ਨੇ ਪਾਸਪੋਰਟ ਕਾਟ ਦੇਣਾ ਕਾਟੀ ਮਾਰ ਦੇਣੀ ਆਪਾਂ ਇੱਥੇ ਆਏ ਨਹੀਂ ਕਰਨਾ ਹੋਰ ਯਾਰ ਇਹ ਬਾਈ ਕੋਈ ਗਲਤ ਨਾ ਸਮਝਿਓ ਠੀਕ ਹੈ ਵੀ ਨਿੰਮੇ ਹੁਣ ਕਿਆ ਕਰੀ ਯਾਰ ਵੀਰ ਸਾਨੂੰ ਜਿਹੜਾ ਕਹਿੰਦਾ ਸਾਡਾ ਪ੍ਰਮੋਟ ਕਰੋ ਲੋਕਾਂ ਨੂੰ ਦੱਸੋ ਅਸੀਂ ਤਾਂ ਇਹੋ ਜਿਹੇ ਕੰਮਾਂ 'ਚ ਪੈਂਦੇ ਨਹੀਂ ਆ ਹੁਣ ਕਿਆ ਕਰੇ
ਜਿਹੜੀ ਚੀਜ਼ ਫ੍ਰੀ ਚ ਮਿਲ ਗਈ ਉਹਦਾ ਸਵਾਦ ਲਈਏ ਹਾਂ ਫ੍ਰੀ ਆ ਬਾਈ ਪ੍ਰਮੋਟ ਆਪਾਂ ਤਾਂ ਪ੍ਰਮੋਟ ਕਰ ਰਹੇ ਨਾ ਨੰਬਰ ਦੇਣਾ ਬਾਈ ਦਾ ਬੰਦੇ ਆਉਂਦੇ ਲੋਕਾਂ ਨੂੰ ਪਤਾ ਨਹੀਂ ਨਾ ਇਹ ਚੀਜ਼ ਬਾਰੇ ਲੋਕ ਬਸ ਇੱਕ ਇੱਥੇ ਨਾ ਉਸ ਕੰਮ ਕੰਮ ਕਰ ਚੱਲੀ ਜਾਂਦੇ ਪਰ ਆਹ ਚੀਜ਼ ਨਹੀਂ ਲੋਕਾਂ ਨੂੰ ਪਤਾ ਜਿਹੜੀ ਅੱਜ ਅਸੀਂ ਦੱਸਣ ਲੱਗੇ ਹਾਂ ਪਾਣੀ ਵਿੱਚ ਜਾ ਕੇ ਜਿਹੜਾ ਨੱਚਣਾ ਜ਼ਰੂਰ ਆਪਾਂ ਘਰਾਂ ਵੀ ਤਾਂ ਪਾਉਂਦੇ ਹਾਂ ਭੰਗੜਾ ਹਾਂ ਭੰਗੜਾ ਪਾਉਂਦੇ ਉਹ ਚੀਜ਼ ਦਿਖਾਉਂਦੇ ਨਹੀਂ ਹੈਗੇ ਆਹ ਦਿਖਾਈ ਕਹੀ ਜਾਂਦੇ ਵੀ ਲਓ ਸਾਹਮਣੇ ਆ ਗਈ ਜਿਹਦੇ ਵਿੱਚ ਜਾਣਾ ਬੂਟ ਸਭ ਤੋਂ ਪਹਿਲਾਂ ਖੋਲੋ ਵੀ ਖੋਲੋ ਇਸ ਦੇ ਵਿੱਚ ਪਾ ਦੇਣਾ ਇੱਥੇ लो भी निमा हूँ पार्टी शुरू होएगी अभी पार्टी शुरू होएगी शुरू करेंगे शुरू कर ਪਾਜੀ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਲੱਗਦਾ ਹੁਣ ਸ਼ਰਮ ਤਾਂ ਨਹੀਂ ਆਉਂਦੀ ਹੈ ਸ਼ਰਮ ਤਾਂ ਨਹੀਂ ਆਉਂਦੀ ਸ਼ਰਮ ਤਾਂ ਉਹਦੇ ਵੀ ਆ ਹੁਣ ਕੀ ਕਰੀਏ ਭਾਈ ਹਾਂ ਬੈਠਣਾ ਪੈਣਾ ਹੈ ਬਿੱਗ ਡੈਡੀ ਨੇ ਪ੍ਰਮੋਟ ਕਰਨੀ ਹੈ ਉਹਦੀ ਕੀ ਕਰੇ ਹੁਣ ਬੰਦਾ ਕੀ ਕਰੇ ਕਰੇ ਵੀ ਕੀ ਪਾਣੀ ਜੀ ਛਾਲ ਮਾਰੇ ਬੰਦਾ ਹਾਂ ਡੂਬ ਮਾਰੇ ਹਾਂ ਜਿਹਨੇ ਭਾਈ ਦੇਖਣੀ ਦੇਖੋ ਵੀਡੀਓ ਨਹੀਂ ਆਪਣਾ ਦਫਾ ਹੋ ਜਿਹੜੇ ਕੀ ਕਰੇ ਠੰਡਾ ਪਾਣੀ ਪੀ ਮਰੇ ਹਾਂ ਦੇਖ ਲੈ ਭਾਈ ਬਚਾ ਆ ਗਿਆ ਨਾਲ ਬਚਾ ਹੁੰਦਾ ਨਾਲ ਹਾਂ ਨਾਲ ਬਚਾ ਸਾਡੀ ਜਿਹੜੀ ਬੋਟ ਉਹਨੇ ਬਚਾ ਦੇ ਦਿੱਤਾ ਹੈ ਹਾਂ ਬੋਟ ਦਿਖਾ ਦਵਾਂ ਮੈਂ ਤੇ ਇੱਧਰ ਬਾਥਰੂਮ ਹੈ ਉਹ ਅੰਦਰ ਰੂਮ ਵੀ ਹੈ ਇੱਧਰ ਪ੍ਰਾਈਵੇਟ ਰੂਮ ਵੀ ਹੈ ਇੱਥੇ ਵਾਹ ਵੀ ਵਾਹ ਬਾਥਰੂਮ ਵੀ ਇੱਥੇ ਨੇ ਵਾਹ ਤਾਂ ਕਿੰਨੀ ਸੋਹਣੀ ਹੈ ਬੋਟ ਰੱਬਾ ਇੰਨਾ ਕੁ ਪੈਸਾ ਦੇ ਦੇ ਮੈਂ ਵੀ ਖਰੀਦ ਲਵਾਂ ਇੱਕ ਇਹ ਨਿੰਮਾ ਭਾਜੀ ਨਾਲ ਰੋਟੀ ਖਾਂਦਾ ਹੋਇਆ ਮੈਂ ਤਾਂ ਭਾਜੀ ਨਾਲ ਖਾਂਦਾ ਫਰੂਟ ਖਾਈਦਾ ਫਰੂਟ ਸਾਡਾ ਇੱਕ ਹੈ ਸਾਡਾ ਤੇ ਇੱਕ ਹੈ ਸਾਡਾ ਸੇਮ ਉੱਦਾਂ ਹੀ ਇੰਨਾ ਕੁ ਬਾਥਰੂਮ ਹੈ ਉਹ ਰੂਮ ਉੱਧਰ ਇੱਥੇ ਬੈਠਣ ਵਾਸਤੇ ਆ ਤੇ ਸਿਟਿੰਗ ਆ ਸਾਹਮਣੇ ਇੱਧਰ ਸਾਹਮਣੇ ਦਾ ਵਿਊ ਹੈ ਬੈਠਣ ਵਾਸਤੇ ਬਹੁਤ ਵਧੀਆ ਹਵਾ ਲੱਗ ਰਹੀ ਹੈ ਲਓ ਜੀ ਹੁਣ ਤੁਹਾਨੂੰ ਇਹ ਸਾਈਡ ਤੇ ਦਿਖਾਉਂਦੇ ਆਪਾਂ ਤੇ ਉੱਪਰ ਪੈਲਟ ਸਾਹਿਬ ਬੈਠੇ ਨੇ ਜਿਹੜੇ ਚਲਾ ਰਹੇ ਨੇ ਬੋਟ ਨੂੰ ਪੂਰੀ ਨੂੰ ਹੈਲੋ ਬ੍ਰੋ ਪੂਰਾ ਰੌਂਡ ਲਾਉਣਗੇ ਦੇਖਦੇ ਕਿੱਧਰ ਕਿੱਧਰ ਜਾਂਦੇ ਆ ਮੈਂ ਇਹਦੇ ਨਾਲੇ ਬੈਠ ਗਿਆ ਮੈਂ ਵੀ ਚਲਾ ਕੇ ਦੇਖ ਲਵਾਂ ਫੀਲਿੰਗ ਔਸਮ ਨਿੰਮਾ ਟਾਈਟੈਨਿਕ ਪੋਜ਼ ਬਣਾਉਂਦਾ ਹੋਇਆ ਚਲਾ ਬੋਟ ਤਾਂ ਨਹੀਂ ਚਲਾ ਕੇ ਦੇਖਣੀ ਇੱਧਰ ਭਾਈ ਨਹੀਂ ਹੈਂ ਹੋਰ ਕਿਤੇ ਉਹ ਹੋਰ ਪਾਸੇ ਲੰਘ ਜੂਗੀ ਯਾਰ ਭਾਈ ਬਚਾ ਕੇ ਜਾਈਂਦੇ ਪਏ ਗਿਰ ਕੋਲ ਨਾ ਜਾਈਂ ਨਹੀਂ ਨਹੀਂ ਆਜ ਠੀਕ ਹੈ ਹਾਂਜੀ ਆਹ ਚੀਜ਼ ਮੈਂ ਸੋਚਦਾ ਹੁੰਦਾ ਤਾਂ ਭਾਈ ਉਹੀ ਗੱਲ ਆ ਵੀ ਅੱਜ ਨਜ਼ਾਰਾ ਆ ਗਿਆ ਹਾਂਜੀ 5-6 ਸਾਲ ਸੀ ਵੀਡੀਓ ਬਣਾਤਾ ਅੱਛਾ ਮੈਂ ਕਰਮ ਸੀ ਡਾਕਟਰ ਮੈਂ ਉਸਕੋ ਪੁੱਛਦਾ ਡਾਕਟਰ ਹਾਂ ਮੈਂ ਵਾਹ ਭਾਈ ਮੈਂ ਸੋਚਦਾ ਹੁੰਦਾ ਤਾਂ ਅੱਛਾ ਇਦਾਂ ਇੱਕ ਆਪਣੀ ਸ਼ਿਪ ਹੋਵੇ ਹਾਂ ਜਿੱਦੇ ਮੈਂ ਤੇ ਨਿੰਮਾ ਬੈਠੇ ਹੋਣ ਤੇ ਚਿਲ ਕਰੀਏ ਰੱਬ ਇਹ ਖਾਬ ਤਾਂ ਇੱਕ ਮੇਰਾ ਇਹ ਪੂਰਾ ਹੋ ਗਿਆ ਭਾਈ ਪੂਰਾ ਮੇਰਾ ਵੀ ਹੋ ਗਿਆ ਮੈਂ ਵੀ ਇਹ ਚੀਜ਼ ਵਿੱਚ ਦੇਖਣਾ ਚਾਹੁੰਦਾ ਸੀ ਤਾਂ ਦੁਨੀਆ ਕਿਸ਼ਤੀਆਂ 'ਚ ਉਹ ਕਰਦੇ ਰਹੇ ਆ ਹਾਂ ਭਾਈ ਗਲਤ ਨਾ ਸਮਝਿਓ ਸਾਡੀਆਂ ਵੀਡੀਓ ਵੀ ਆ ਹਾਂ ਹੋਰ ਇਹ ਤਾਂ ਮੈਂ ਨਹੀਂ ਮੈਂ ਇਹਨਾਂ ਨੂੰ ਕਹਿੰਦਾ ਜਿਹੜੇ ਦੇਖੂਗੇ ਭਾਈ ਹਾਂ ਪਰਿਵਾਰਕ ਮੈਂਬਰ 'ਚ ਬੈਠ ਕੇ ਦੇਖਣੇ ਵਾਲੇ ਪਰਿਵਾਰ 'ਚ ਤੇ ਪਰਿਵਾਰ 'ਚ ਕਿੱਥੇ ਬੈਠ ਕੇ ਦੇਖਣੇ ਵਾਲੀ ਹੈ ਮੈਂ ਦੇਖਣ ਵਾਲੀ ਨਹੀਂ ਮੈਂ ਆਇਓ ਕਿਹਾ ਪਰਿਵਾਰ 'ਚ ਬੈਠ ਕੇ ਦੇਖਣੇ ਵਾਲੀ ਨਹੀਂ ਆ ਭਾਈ ਹਾਂ ਮੈਂ ਉਹੀ ਕਹਿੰਦਾ ਮੈਂ ਲਓ ਜੀ ਸਾਡੀ ਪਾਰਟੀ ਹੁਣ ਹੋ ਗਈ ਸ਼ੁਰੂ ਹੋ ਚੱਲੀ ਆ ਬਾਈ ਮੇਰੀ ਤਾਂ ਪਾਰਟੀ ਹੈ ਤੇ ਫਰੂਟ ਨਾਲੇ ਹੁੰਦੀ ਹੈ ਤੇਰੀ ਪਾਰਟੀ ਫਰੂਟ ਨਾਲੇ ਹੁੰਦੀ ਆ ਵਾਹ ਬਾਈ ਫਰੂਟ ਵਾਲੀ ਆ ਆਏ ਸਾ ਚੁੱਕੀ ਆ ਤੇ ਨਿੰਮੇ ਬਚਣਾ ਭਾਈ ਮੈਂ ਪਾਣੀ ਚ ਨੂੰ ਕੱਢ ਕੇ ਲਿਆਉਣਾ ਫਿਰ ਭਾਈ ਮੈਂ ਗਿਰਨਾ ਹੀ ਨਹੀਂ ਹੈਗਾ ਹੈ ਮੈਂ ਗਿਰਦਾ ਹੀ ਨਹੀਂ ਨਾ ਟਾਇਰ ਹੁੰਦਾ ਮੈਂ ਬੈਠੇ ਵੀਰ ਪਿੱਛੇ ਜਾ ਕੇ ਗਿਰੇ ਨਾ ਜਾਈ ਨਹੀਂ ਭਾਈ ਨਿੰਮੇ ਪੈ ਗਿਆ ਤੂੰ ਤਾਂ ਹੋਰ ਭਾਈ ਪੈਣੇ ਆਏ ਆ ਹੋਰ ਕੀ ਹੈਗਾ ਉੱਠ ਕੇ ਦੇਖ ਵਾਲੇ ਦਾਲੇ ਯਾਰ ਉਹ ਦੇਖਦੇ ਯਾਰ ਆਰਾਮ ਦਾ ਗੱਲ ਈਏ ਆਰਾਮ ਕਰ ਲੈ ਪਹਿਲਾਂ ਹੋਰ 9 ਵਜੇ ਨਾਂਗੀ ਭਾਈ ਉਹ ਨਾਂਗੀ ਲਾਂਗੀ ਉਹ ਤੋਂ ਪਛਮਾ ਰਹਾਗਾ ਕਬੀਰ ਪਲਾਓ ਕਮ ਕਮ
लाको ला दो सिद्धू मूसेवाला तेरा हेड डाउन कास्टो चंगा भला हसदा सिंघोन कास्टो ए तेरे वजे विच उड़ चक्की खड़े आ तेरा जानदा है कौन कास्टो चमकाना चम आजा ने मैं फिर कोका कोला पीता है नमा अपना आ गया जी आ गया चिकन रेड चिकन चिल्ली चिल्ली चिकन लो जी आ गया चिल्ली चिकन आ गया सिग्नल दे रहा है कि कितने साड़ी यॉट खड़नी है और भाई जिन्हें स्वाद लेना ना बिग डैडी नु मिलो ये स्वाद ना आया तो पैसे वापस पैसे वापस हां पैसे वापस सच्ची हां मजा आया मजा पूरा आया कल्ले कल्ले गल दसो पसंद में पूरा भाई बस ये बीच वीडियो बनाई होनी है हैं तो खा जोन लग गई आज तो ना होना पड़ा ना बहुत गर्मी को समुंदर का पानी दारू बिच हो जाती है गल करनी पैनी जी दारू पीनी मिल बिच मिल जाऊ सारा कुछ खारा खूड़ा ही सारा कुछ रोटी पानी सारा कुछ इना ही है ना ना दई है एक दारू कहंदे ले जाने ले जाओ नहीं अपने साडे कोल कट गले नु ते उस तो बाद दूजी बोट आ गई साडे कोल ते आ ले चले असि आ ले चले सी हुण ते हुण सानू छड्डे आऊगी अगे फिर गड्डी आऊगी जिहड़ी सानू पहलां दिखाई सी उह गड्डी आ जाणी ए उत्थे जा नहीं सकदी पता नहीं कि कई चीज़ां दे ना भी डूंघाई ज़्यादा होंदी आ जिहड़ी सामने बोट खड़े डूंघाई ज़्यादा होंदी आ इत्थे डरदे भी थल्ले ना लग जावे कितें ये थोड़ी उपर होंदी आ हाइट बिच जा रहे हुण यार उह वी घैंट आ इत्थे भी कदे जावांगे यार इहदे विच वी बड़ियां लाइटां जी बलदियां इत्थे वी हाँ चीता अल्टीमेट दे जाओ सामने पताया लिखा होया बोट छड़ के इत्थे चौणा सी चले अपने होटल दे विच ये आ जी उत्थे उहदे तक ले जांदी फिर जो जॉट तां जिथे बोट कह सकदे जॉट क्या जॉट पार्टी तुहानू पता ही आ भाई सामने गड्डी आ गई जदों तुसीं आउंदे आ ते गड्डी तुहानू पिक करदी है ते ड्रॉप करदी सामने लिखा बिग डैडी लिखा होया फुल मजा दिंदे भाई जिंदगी दा अज अल्टीमेट निम्मा निम्मा विच बैठ भी गया भाई हाँ नमें
मल्टी कलर क्या कहते रंग बिरंगी गड्डी चारे पासे फोटो पाई भाई ने देखो पूरी चारे पासे दिखावा थानू गड्डी बड़ी घैंट आ भाई ते आ स्कैन कोड भी उहदा ते भाई दे पिछे फोटो भी इधर बैठा हाय ने मैं भाई किथे चलिया अपने होटल च जगदीप हुण उत्थे होटल च मैनूं लगदा जगदीप उत्थे होटल च है उहदा ना फोन भी नहीं आया यार लभना पैणा हुण जाके मैनूं लगदा देखना पैणा किथे है चलिए पर चलो शब्द बोल कोई अपने बिग डैडी भाजी जी आ कुड़ी ना ग्रीन वाली बहुत बड़ी बजना एक बंदे ज्यादा ड्रिंक कर ली थी कुड़ी ने बहुत वधिया हैंडल किया पूरा शर्ट पाई है पूरी सामने आया ब्रांडिंग बिग डैडी बहुत पीते पे इतने कोकोनट क्या इंडिया कुछ भी नहीं है मुकाबले इंडिया मैं कहना भी 20% है 100% है रोज एक पीए कर चल चलिया हुण तेरी मसाज कराइए बिच रह गया तेरा दिल घटन लग गया जान दा चल जी रूम च पे होना देखे जो रूम च उठी जाके पता लगेगा आ चीज ना पीती कुछ भी नहीं पीता ये जरूर इतने पीए करो साडा होटल बहुत नेड़े है ते वो सामने महाराजा आ गया ते चल चलिए मैं आ जा बीरा लेनी है चल आ जा 7-Eleven मेनू पता इतने है ना मैं सारा पता ने मैं कली कली इतने चलो 7-Eleven आ गई वो आ गई वो आ गई सारा कुछ पता है जट नू तो हेलो सर छोले समान ले लिया किन्ना ले लिया समान बुखार जा कोई गल तेरा बुखार ला दें लो जी इतने सामने साडा होटल सामने महाराजा पौड़ी चढ़ दे सह चढ़ जाता पानी जिन्ना उंगे करूं कुछ भी नहाते है अस कले जाइए फिर तेरे बगैर खाया मैं खा ली
ਮੈਂ ਖਾ ਲਈ ਤੂੰ ਨਹੀਂ ਖਾਇਆ ਮੈਂ ਖਾ ਲਈ ਤੂੰ ਖਾਇਆ ਮੈਂ ਖਾ ਲਈ ਮੈਂ ਖੁੱਲੇ ਪੈਸੇ ਦਾ ਹੀ ਗੇਰ ਨਹੀਂ ਲੱਗਿਆ ਹਾਂ ਪਤਾ ਨਹੀਂ ਲੱਗਿਆ ਤਾਂ ਵੀ ਕਰੰਸੀ ਟੋਕਨ ਜੇ ਲੈ ਲੈ ਟੋਕਨ ਵੀ 20 ਬਾਟ ਹੈ ਆਪਾਂ ਨੇ 20 ਟੁਕੜੇ ਨਾ ਬੋਰ ਤਾਂ ਨਹੀਂ ਹੋਇਆ ਤੂੰ ਅੱਜ ਬਾਈ ਬੋਰ ਤਾਂ ਮੈਂ ਥੋੜੇ ਮੈਂ ਸੋ ਗਿਆ ਵੈਸੇ ਮੈਂ ਨੀਂਦ ਰਿਆ ਹਾਂ ਹੁਣ ਫਰੈਸ਼ ਮੈਂ ਹੁਣੇ ਉੱਠਿਆ ਦਾ ਇੱਕ ਘੰਟਾ ਹੋ ਗਿਆ ਮੈਂ ਗੋਲ ਤਾਂ ਲੈਣੀ ਹੈਗੀ ਦਵਾਈ ਨਾ ਮੈਂ ਲੈ ਕੇ ਆਇਆ ਲੈ 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 ਬਾਈ ਮੈਂ ਲੈ ਲਈ ਮੈਂ ਤਾਂ ਹੀ ਉੱਠਿਆ ਗਿਆ ਮੈਂ ਦੇ ਲੈ ਬਾਈ ਪੁੱਛ ਲੈ ਤੂੰ ਸੋਤਾ ਨਹੀਂ ਸੋਤਾ ਲੈ ਬਣ ਮੰਨਾ ਬਈ ਮੈਂ ਫਿਰ ਮੈਂ ਤਾਂ ਹੀ ਲੰਘ ਗਿਆ ਤਾਂ ਮੈਂ ਉੱਠਿਆ ਮੈਂ ਲੇਟੇ ਤਾਂ ਮੈਂ ਸੋ ਗਿਆ ਮੈਂ ਕਿਹਾ ਫਿਰ ਤੁਮੇ ਜਾਉਂਗੇ ਤੁਮੇ ਆਏ ਨਹੀਂ ਉਹ ਸਾਨੂੰ ਵੀ ਤਾਂ ਅਸੀਂ ਪਹਿਲੀ ਵਾਰ ਗਏ ਅੱਜ ਸਾਨੂੰ ਪਤਾ ਨਹੀਂ ਵੀ ਇਹ ਵੀ ਇੱਕ ਪਾਰਟੀ ਹੈਗੀ ਇੱਥੇ ਬਾਈ ਤੁਮੇ ਕਹਤਾ 2 ਘੰਟੇ ਵਾਸਤੇ ਸਾਨੂੰ ਪਤਾ ਹੀ ਉਹਨਾਂ ਪ੍ਰਮੋਟ ਵਾਸਤੇ ਗਿਆ ਵੀ ਸਾ ਅਸੀਂ ਤਾਂ ਪ੍ਰਮੋਟ ਕਰਨ ਵਾਸਤੇ ਗਏ ਤੇ ਮੈਂ ਕਿਹਾ 2 ਘੰਟੇ ਮਾ ਆਗੇ ਤੁਮੇ ਲੰਘ ਗਏ 2 ਵਜੇ ਹਾਂ ਤੁਮੇ ਆਰੇ 5-6 ਵਜੇ ਨਾ ਸਾਨੂੰ ਖਾਦਾ ਗਲੀਆਂ ਘਮਾਤੇ ਆ ਵੀ ਆ ਦੇਖੋ ਗਲੀਆਂ ਦਾ ਪਹਿਲਾਂ ਘਮਾਉਂਦੇ ਹੀ ਰਿਹਾ ਘਮਾਉਂਦੇ ਰਿਹਾ ਮੇਰਾ ਤਾਂ ਬੁਰਾ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਫੋਨ ਤੈਨੂੰ ਪਤਾ ਸੀ ਯਾਰ ਮੈਂ ਨਾ ਵੀਡੀਓ ਵੀਡੀਓ ਚ ਆਏ ਗਏ ਤਾਂ ਵੀ ਸਿਟੀ ਟੂਰ ਕਰਾਂ ਮੈਨੂੰ ਇਹ ਨਹੀਂ ਪਤਾ ਬੰਦੇ ਕਹਾ ਕੱਲੇ ਕੱਲੇ ਹੋਟਲ ਕਿਸੇ 2 ਬੰਦਾ ਚੱਕਦਾ ਕਿਸੇ 3 ਬੰਦੇ ਚੱਕਦਾ ਤਾਂ ਹੁਣ ਹਰੇਕ ਇਹ ਬੰਦਾ ਹੁਣ ਫਿਰ ਮੈਨੂੰ ਬੋਰ ਹੋ ਗਿਆ ਸਿਰ ਦੋਣ ਲੱਗਾ ਬਾਹਰ ਨਿਕਲ ਗਿਆ ਮੈਂ ਤਾਂ ਗੱਡੀ ਦੇ ਉਹ ਕਹਿੰਦੇ ਵਿੱਚ ਬੈਠ ਜਾਓ ਵੀ ਬਾਹਰ ਬਾਅਦ ਚ ਨਾ ਮਾਫੀ ਮੰਗਣ ਉਹ ਅਸਲੀ ਲਾਈਫ ਇੱਥੋਂ ਸ਼ੁਰੂ ਹੁੰਦੀ ਆ ਆ ਸਾਹਮਣੇ ਲਿਖਿਆ ਬਾਕਿੰਗ ਸਟਰੀਟ ਇਸ ਤੋਂ ਬਾਅਦ ਅਲਟੀਮੇਟ ਜੀ ਅਸੀਂ ਇੱਧਰ ਜਾਣਾ ਸਾਨੂੰ ਕਿਸੇ ਬੰਦੇ ਰੈਸਟੋਰੈਂਟ ਨੇ ਇਨਵਾਈਟ ਕੀਤਾ ਅਸੀਂ ਉੱਥੋਂ ਚੱਲੇ ਆ ਤੇ ਆ ਜਾ ਕੇ ਲੋਕੇਸ਼ਨ ਸਾਡੇ ਕੋਲ ਲੋਕੇਸ਼ਨ ਲਾਈ ਹੋਈ ਆ ਸੀ ਕੋਈ ਆਪਣਾ ਪੰਜਾਬੀ ਭਰਾ ਹੋਣ ਬੁਲਾ ਦਿੱਤਾ ਰੈਸਟੋਰੈਂਟ ਵਾਲੇ ਨੇ ਜੋ ਹਰੇ ਦੇਖੇ ਆ ਹਰੇ ਖੁਸ਼ਬੂ ਦੇਖੇ ਆ ਲਾਲ ਪਏ ਆ ਲਾਲ ਪਏ ਪਤਾ ਨਹੀਂ ਕਿਆ ਕੁਛ ਖਾਈ ਜਾਂਦੇ ਨੇ ਕੇਕੜੇ ਛੇਕੜੇ ਪੱਕੀ ਅੰਬ ਦੇਖੇ ਉਹ ਅੰਬ ਹਾਂ ਕੋਈ ਅੰਬ ਕੇ ਕੀ ਹੈ ਨਾ ਉਹਦਾ ਕੀ ਚੀਜ਼ ਹੈ ਆਲੂ ਬੁਖਾਰੇ ਇਹ ਡਰੈਗਨ ਬੂਡਾ ਆ ਗਿਆ ਇਹ ਅੰਬ ਅਸਲੀ ਆਹ ਉਹ ਪਤਾ ਨਹੀਂ ਗਿਆ ਚੱਕਰ ਇਹ ਵਿਚ ਵਨ ਮੈਂਗੋ ਕੱਚਾ 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 ਅੰਬ ਪੱਕਾ ਅੰਬ ਆਇਆ ਛੱਡ ਆ ਚੱਲੀ ਆ ਦੇਖ ਛੋਟੇ ਅੰਬ ਆ ਗਏ ਅੰਬੀਆਂ ਆ ਗਈਆਂ ਕੱਚੀ ਅੰਬੀਆਂ ਕੱਚੀ ਅੰਬੀਆਂ ਆ ਜਾ ਫਿਰ ਰਹਿਣ ਦੇ ਖੱਟਾ ਖੱਟਾ ਆ ਦੇ ਪਤਾ ਨਹੀਂ ਆ ਪਤਾ ਨਹੀਂ ਜੋ ਮੱਛੀ ਤੇ ਲੋ ਮੱਛੀ ਪੱਕੀ ਹੋਈ ਮੂੰਗਫਲੀ ਆ ਜਾ ਅੱਗੇ ਚਲਾ ਜਾ ਪਤਾ ਨਹੀਂ ਕਿਆ ਕੁਝ ਬਣਾਈ ਜਾਂਦੇ ਬਾਈ ਉੱਧਰ ਉਹ ਬਣਾ ਰਹੇ ਆ ਕਰੰਚੀ ਚਿਕਨ ਪਰਾ ਪਤਾ ਨਹੀਂ ਆ ਕੇ ਕਿਆ ਬਣਾ ਰਹੀ ਹੈ ਹਾਂ ਬੈਜ ਖਾਣਾ ਬੈਜ ਇੱਥੇ ਆ ਕੇ ਬੈਜ ਥੋੜ੍ਹੀ ਦੇਰ ਨੂੰ ਮਿਲਣਾ ਯਾਰ ਉਹ ਨੌਨ ਵੈਜ ਆ ਉਹ ਤਾਂ ਸਪੀਡ ਦਿਓ ਮੈਂ ਕੱਟਣ ਦੀ ਇੱਧਰ ਫੇਰ ਤਰੇ ਅੰਬ ਆ ਕੇ ਵਾਹ ਵੀ ਵਾਹ ਸਾਰੇ ਫੂਡ ਮਾਰਕੀਟ ਦੇ ਪਿੱਛੇ ਲੰਘ ਕੇ ਆਏ ਸੀ ਸਮੈਲਿੰਗ ਹੋਰ ਤਰ੍ਹਾਂ ਦੀ ਆ ਰਹੀ ਸੀ ਉਹ ਤਾਂ ਲਾਉਣੇ ਨੌ ਤਾਂ ਲਾਉਣੇ ਲਵਾ ਲਾ ਲੱਗੇ ਐਡ ਪੇਸ਼ ਕਰਦੇ ਕੁਛ ਖਤਰਨਾਕ ਮੁੰਡੀਆਂ ਓਏ ਖਤਰਨਾਕ ਮੁੰਡੀਆਂ ਚਲਾ ਚੱਲੀ ਯਾਰ ਕੇਲੇ ਬੜੇ ਛੋਟੇ ਛੋਟੇ ਕੇਲੇ ਆਇਆ ਚੱਲੀ ਬਤਾ ਦਿਆ ਨੌ ਪਾਸਲ ਹੋ ਤਰੀਕੇ ਹੋਗੇ ਜੀ ਹਾਂ ਬਈ ਹਰੇਕ ਨਾ ਮੈਂ ਦੇਖ ਲਿਆ ਹਾਂ ਜਮਰ ਜੀ ਇੰਡੀਆ ਵਿੱਚ ਕੇਲਾ ਕਿਹੋ ਜਿਹਾ ਹੋਆ ਐ ਹੋਆ ਐ ਸੀ ਰਹੇ ਜੀ ਹਾਂ ਅਜੇ ਉਰੇ ਖੜੇ ਖੜੇ ਕੇਲੇ ਉਹਦੇ ਬੰਦੇ ਕਿਹੜੇ ਹੋ ਜਾਣਾ ਨਾ ਕਰਕੇ